ਨੰਬਰ 1 ਖੜਨ ਲਈ ਬਹਿਣਾ। ਬਾਹਾਂ ਵਾਲੀ ਮਜ਼ਬੂਤ ਕੁਰਸੀ ਵਿੱਚ ਬੈਠੋ। ਜੇ ਤੁਸੀਂ ਵਾਕਰ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਬ੍ਰੇਕ ਲਗਾ ਕੇ ਸਾਹਮਣੇ ਖੜਾ ਕਰੋ। ਜੇ ਲੋੜ ਹੋਵੇ ਤਾਂ ਕੁਰਸੀ ਦੇ ਮੋਹਰੇ ਨੂੰ ਹੋ ਕੇ ਬੈਠੋ। ਇਹ ਪੱਕਾ ਕਰੋ ਕਿ ਤੁਹਾਡੇ ਪੈਰ ਕੁਰਸੀ ਦੇ ਨੇੜੇ ਹਨ। ਆਪਣੇ ਹੱਥ ਉੱਥੇ ਰੱਖੋ ਜਿੱਥੇ ਤੁਸੀਂ ਸੌਖਾ ਮਹਿਸੂਸ ਕਰਦੇ ਹੋਵੋ। ਅਗਾਂਹ ਨੂੰ ਚੁੱਕੋ, ਆਪਣੇ ਪੈਰਾਂ 'ਤੇ ਭਾਰ ਪੈਂਦਾ ਮਹਿਸੂਸ ਕਰੋ। ਖੜ੍ਹੇ ਹੋਵੋ, ਕੁਝ ਸਕਿੰਟਾਂ ਲਈ ਖੜ੍ਹੇ ਹੋਵੋ। ਜੇ ਲੋੜ ਹੋਵੇ ਤਾਂ ਮਦਦ ਲਈ ਵਾਕਰ ਨੂੰ ਜਾਂ ਮੇਜ਼ ਜਾਂ ਕਿਸੇ ਵੀ ਫਰਨੀਚਰ ਨੂੰ ਫੜ ਸਕੋ। ਹੌਲੀ ਹੌਲੀ ਬੈਠੋ। ਜੇ ਲੋੜ ਹੋਵੇ ਤਾਂ ਕੁਰਸੀ ਦੀਆਂ ਬਾਹਾਂ ਨੂੰ ਫੜਨ ਲਈ ਪਿੱਛੇ ਜਾਓ। 2-3 ਵਾਰੀ ਹੋਰ ਖੜ੍ਹੇ ਹੋਵੋ। ਜੇ ਬਹੁਤ ਸੌਖਾ ਲੱਗੇ ਤਾਂ ਜ਼ਿਆਦਾ ਕਰੋ, 15 ਵਾਰੀ ਤੱਕ। ਆਰਾਮ ਕਰੋ, ਹੋਰ 15 ਵਾਰੀ ਤੱਕ ਵਧਾਓ। ਬਾਹਾਂ ਦੀ ਵਰਤੋਂ ਘੱਟ ਕਰੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।